ਹਾਂਜੀ ਸਤਿ ਸ਼੍ਰੀ ਅਕਾਲ ਅਤੇ ਅੱਜ ਆਪਾਂ ਪਹੁੰਚਾਂਗੇ ਕਿੰਗਸਟਨ ਦੇ ਵਿੱਚ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਦੇ ਵਿੱਚ ਇਹਦੇ ਵਿੱਚ ਆਪਣੀਆਂ ਸਿੱਖ ਰਾਜ ਦੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਪਣਾ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਛ ਦਿਖਾਵਾਂਗੇ। ਟੀਪੂ ਸੁਲਤਾਨ ਵਗੈਰਾ ਸਾਰਿਆਂ ਦੀਆਂ ਬਹੁਤ ਕੁਛ ਚੀਜ਼ਾਂ ਨੇ ਜਿਹੜੇ ਕਿ ਗੋਰੇ ਆਪਣੇ ਉਸ ਟਾਈਮ ਤੋਂ ਲੈ ਕੇ ਆਏ ਸੀ ਉੱਧਰੋਂ, ਅਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ। ਇਹਦਾ ਨਾਮ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਹੈਗਾ ਅਤੇ ਇਸ ਟਾਈਪ ਹੈ। ਐਂਟਰੀ ਗੇਟ ਹੈਗਾ ਇਹਦਾ ਅਤੇ ਚਲੋ ਐਂਟਰ ਹੁੰਦੇ ਹਾਂ ਕਿਤੇ। French influence and direction. ਮਹਾਰਾਜਾ ਰਣਜੀਤ ਸਿੰਘ ਦੇ ਜਿੰਨੇ ਵੀ ਸ਼ਾਸਤਰ ਸੀਗੇ ਜਾਂ ਜਿੰਨੀਆਂ ਵੀ ਚੀਜ਼ਾਂ ਸੀ ਉਸ ਟਾਈਮ ਦੇ ਉੱਤੇ, ਸੋ ਇਹਨਾਂ ਨੇ ਸਾਊਥ ਏਸ਼ੀਆ ਸਾਈਡ ਦੇ ਵਿੱਚ ਰੱਖੀਆਂ ਹੋਈਆਂ ਨੇ ਅਤੇ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਜਿਹਦੇ ਵਿੱਚ ਕੀ ਹੈਗਾ। ਅੰਦਰ ਪਹੁੰਚ ਗਏ ਹਾਂ ਅਤੇ ਉਹਦੇ ਵਿੱਚ ਆਪਣਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਉਸ ਟਾਈਮ 'ਤੇ ਪਹਿਨਣ ਵਾਲੇ ਕੱਪੜੇ ਨੇਗੇ, ਜੋ ਵੀ ਚੀਜ਼ ਪਹਿਨਦੇ ਸੀਗੇ। ਅਕਾਲੀ ਟਰਬਨ ਆ ਗਈ ਆਪਣੀ, ਅਤੇ ਇੱਥੇ ਪਹਿਲਾਂ ਇਹਨਾਂ ਦੀ ਜਿਹੜੀ ਸੀਗੀ ਗੋਲਡਨ ਥਰੋਨ, ਆਪਾਂ ਜਿਹਨੂੰ ਸ਼ੀਟ ਕਹਿ ਦਿੰਦੇ ਸੀਗੇ ਸਿਆਣੇ ਦੀ, ਉਹ ਫਿਲਹਾਲ ਨਹੀਂ ਹੈਗੀ ਗੀ। ਇਹਨਾਂ ਨੇ ਇੱਥੋਂ ਰੀਪਲੇਸ ਕਰੀ ਹੋਈ ਹੈਗੀ ਕਿਤੇ ਵੋਲਸ ਕਲੈਕਸ਼ਨ ਲੰਡਨ ਦੇ ਵਿੱਚ, ਅਤੇ ਸ਼ਾਇਦ ਉਹ ਦੁਬਾਰੇ ਆਊਗੀ ਅਤੇ ਇਹਦੇ ਵਿੱਚ ਲਿਖਿਆ ਵੀ ਹੈਗਾ ਸਾਰਾ ਕੁਛ। ਅਕਾਲੀ ਟਰਬਨ ਪਸ਼ਮੀਨਾ ਦਾ ਵੇਵ ਹੈ, ਕਸ਼ਮੀਰੀ ਕੱਪੜਾ ਗਿਆ ਪਸ਼ਮੀਨਾ ਦਾ ਬਣਿਆ ਹੋਇਆ ਹੈਗਾ ਜੋ ਮਹਾਰਾਜਾ ਰਣਜੀਤ ਸਿੰਘ ਪਹਿਨਦੇ ਸੀਗੇ। ਦ ਕਿੰਗਡਮ ਆਫ ਰਣਜੀਤ ਸਿੰਘ ਮਾਡਲ ਆਫ ਗਾਰਡਨ ਆ ਗਿਆ, ਗਾਰਡਨ ਸੀਗਾ ਇਹ ਉਸ ਟਾਈਮ ਦੇ ਉੱਤੇ ਕਸ਼ਮੀਰੀ ਸ਼ਾਵਲ, ਕਸ਼ਮੀਰੀ ਸ਼ਾਵਲ ਇਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ। ਅਤੇ ਪੈੱਨ ਬੋਕਸ ਆ ਗਿਆ, ਕੋਸਟ ਅੰਮ੍ਰਿਤਸਰ ਸਾਹਿਬ ਆ ਗਿਆ, ਇਹ ਟੀਪੂ ਸੁਲਤਾਨ ਦਾ ਆ ਗਿਆ ਜੀ ਇੱਧਰਲੇ ਪਾਸੇ।
ਅਤੇ ਟੀਪੂ ਸੁਲਤਾਨ ਦਾ ਰੀਜਨਲ ਆਫ ਕੋਟ ਮੇਜ਼ੋਰ ਅੰਡਰ ਹੈਦਰ ਅਲੀ ਐਂਡ ਟੀਪੂ ਸੁਲਤਾਨ। ਸੋ 1760 ਦੇ ਵਿੱਚ ਇਹਨਾਂ ਦੀ ਟੀਪੂ ਸੁਲਤਾਨ ਦੀ ਤਲਵਾਰ ਆ ਗਈ, ਬਾਕੀ ਬਸਤਰ ਆ ਗਏ, ਪਿਸਟਲ ਆ ਗਏ ਦੋਨੇ। ਅਤੇ ਟੀਪੂ ਸੁਲਤਾਨ ਪਿਸਟਲ ਟਾਈਗਰ ਹੈੱਡ ਥਰੋਨ ਫਾਈਨਲ ਕਾਸਟ ਵੋਚ ਪੋਕਟ ਵੋਚ ਦਾ ਅਕਾਲੀ ਟਾਵਰ, ਇਹ ਅੰਮ੍ਰਿਤਸਰ ਦੇ ਵਿੱਚ ਸੀਗਾ। ਸੋ ਇੱਥੇ ਲਿਖਿਆ ਵੀ ਹੈ ਦੇ ਵਿੱਚ ਆਪਣਾ ਦਾ ਗੋਲਡਨ ਟੈਂਪਲ। ਇਹਦੀ ਪੂਰੀ ਹਿਸਟਰੀ ਇਹਦੇ ਵਿੱਚ ਦੱਸੀ ਹੋਈ ਹੈਗੀ। ਸਿੱਖ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਹੋਲੀ ਬੁੱਕ ਵਿੱਚ ਸਿੱਖੀ ਸੀ। ਹਾਂਜੀ ਕਾਲੀ ਮਾਤਾ ਜੀ, ਸਰਸਵਤੀ ਮਾਤਾ ਜੀ, ਬਸ ਬੱਲਾ ਬਹਾਦਰ ਸੁਖਦਰ ਜਗਨਨਾਥ ਰੱਖੀ। ਯੈਸ ਪਲੀਜ਼ ਮੰਤ।
ਇਹ ਮੁਗਲ ਅੰਪਾਇਰ ਆਪਣੇ ਮੁਗਲ ਰਾਜਾ ਸੀਗੇ ਜਿਹੜੇ ਉਹਨਾਂ ਦੇ ਹੱਥਾਂ 'ਚ ਪਾਈਆਂ ਹੋਈਆਂ ਸ਼ਾਂਪਾਂ ਨੇ ਅਤੇ 1700 ਦੇ ਵਿੱਚ 1799 ਦੇ ਵਿੱਚ ਟੀਪੂ ਸੁਲਤਾਨ ਦੇ ਵਾਈਟ ਕਲਰ ਵੀ ਮੁਗਲ ਸੈਂਚਰੀ ਦੀਆਂ ਮੁਗਲਾਂ ਦੀਆਂ ਹੀ ਆ ਸਾਰੀਆਂ ਆਪਣਾ ਟਰਬਨ ਓਨੀਮੈਂਟਮ ਆ ਗਿਆ ਕਲੰਗੀ ਕਹਿ ਦਿੰਦੇ ਹਾਂ ਜਿਹਨੇ ਆਪਾਂ ਕਲੰਗੀ ਲਾਈ ਹੋਈ ਸੀਗੀ ਜਿਹੜੀ ਆਪਣੇ ਇਹ ਵਾਲੀ ਹੈਗੀ ਸੋ ਸ਼ਾਹਜਹਾਂ ਦਾ ਆ ਗਿਆ ਸ਼ਾਹਜਹਾਂ ਦੀ ਜੋ ਰਿੰਗ ਸੀਗੀ ਸ਼ਾਹਜਹਾਂ ਦੀ ਇਹ ਸੀਗੀ ਇਹ ਕਿੱਦਾਂ ਪਹਿਨਦੇ ਸੀਗੇ ਸੀ ਉਹ ਸਿਸਟਮ ਪਤਾ ਨਹੀਂ ਆ ਅਤੇ ਇਹ ਵੀ ਉਹਨਾਂ ਦੀ ਸ਼ਾਹਜਹਾਂ ਦੀ ਰਿੰਗ ਬਹੁਤ ਮਹਿੰਗੀ ਆ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਅਰਾਬਿਕ ਦੇ ਵਿੱਚ ਲਿਖਿਆ ਹੋਇਆ ਕੁਛ ਅਤੇ ਆ ਸ਼ਾਹਜਹਾਂ ਦੀ ਫੋਟੋ ਵੀ ਉੱਤੇ ਉਹਨਾਂ ਦੀ ਰਿੰਗ ਦੇ ਨਾਲ ਬੋਕਸ ਆ ਗਿਆ ਕੁਛ ਕਾਸਕਟ ਚਮਚ ਉਸ ਟਾਈਮ 'ਚ ਚਮਚ ਕਿੱਦਾਂ ਦਾ ਸੀ ਮੋਸਟਲੀ ਰਾਜਸਥਾਨ ਦੇ ਰਾਜੇ ਜਿਹੜੇ ਸੀਗੇ ਉਹ ਇੱਦਾਂ ਦੀ ਟਰਬਨ ਦੇ ਉੱਤੇ ਕਲੰਗੀ ਸਜਾਉਂਦੇ ਹੁੰਦੇ ਸੀਗੇ ਸੋ ਉਹਨਾਂ ਦੀ ਹੈਗੀ ਇਹ ਦੋਨੇ ਦੀਆਂ ਟਰਬਨ ਔਰ ਮੈਂ ਸੈੱਟ ਆਫ ਰੂਬੀ ਡਾਇਮੰਡ ਡਾਇਮੰਡ ਐਂਡ ਦਾ ਪੇਲ ਬੈਲਟ ਐਂਡ ਅਬਾਉਟ ਦਾ ਡਰੈਸ ਕੋਲ ਮੁਗਲ ਰਾਜਪੂਤਾਂ ਦੀ ਇਹ ਵਾਲੀ ਅਤੇ ਸਕਰੂਸ ਪਿੰਨਾ ਇਹ ਵੀ ਸ਼ਾਹਜਹਾਂ ਦੇ ਹੈਗੇ ਪੋਟ ਐਂਡ ਖਾਵਾ ਸਭ ਤੋਂ ਪੁਰਾਣੇ ਬਰਤਨ ਮੁਗਲਾਂ ਦੇ ਵਿੱਚ ਇਹ ਸਾਰੇ ਸਿਆਣੇ ਦੇ ਨੇ ਅਤੇ ਹਾਂ ਪੁਰਾਣੇ ਟਾਈਮ ਦੇ ਵਿੱਚ ਇੱਦਾਂ ਦੀਆਂ ਘੜੀਆਂ ਸੀਗੀਆਂ ਸੋ ਉਹ ਚੈੱਕ ਕਰਦੇ ਸੀ ਕਿੱਦਾਂ ਕਿੱਦਾਂ ਜੋ ਵੀ ਹੈ ਇਹਦੇ ਬਾਰੇ ਲਿਖਿਆ ਵੀ ਆ ਬਰਾਸ ਕੰਪਾਸ ਇਰਾਨ ਟਾਇਲ ਵਿਦ ਦਾ ਗ੍ਰੇਟ ਮੋਸ ਐਟ ਮੱਕਾ ਟਰਕੀ ਪ੍ਰੋਬਲੀ ਅਗੇਨ ਅਬਾਊਟ 1650 ਅੱਗੇ ਕੀ ਹੈ ਅਨਾਊਂਸ ਦੈਟ ਗ੍ਰੈਂਡ ਮੋਸ ਐਟ ਦਾ ਸਿਲੈਕਟਡ ਆਊਟ ਦਾ ਇਹ ਸ਼ਾਇਦ ਕੀ ਹੋ ਸਕਦਾ ਹੈ ਓਕੇ ਜਿਹੜੇ ਉਹਨਾਂ 'ਤੇ ਕਵਰ 'ਤੇ ਪਾਈ ਦੀ ਜਾਂਦੀ ਆ ਆਹ ਕੀ ਚੀਜ਼ ਹੈ ਟੋਮ ਆਫ ਦਾ ਯੋਂਕ ਅਲੀ ਖਾਨ ਕ੍ਰੈਵਟ ਟਾਇਲ ਉਜ਼ਬੇਕਿਸਤਾਨ ਬੁਖਰਾ ਅਬਾਊਟ 1358 ਉਸ ਟਾਈਮ ਦੇ ਵਿੱਚ ਇੱਦਾਂ ਦੀਆਂ ਟਾਈਲਾਂ ਸੀਗੀਆਂ ਜਾਣੀ ਕਿ ਫੀਮੇਲ ਟੰਬਲਸ ਪਾਰਟ ਆਫ ਦਾ ਟੈਂਟ ਵੋਲ ਟਾਇਲਸ ਮੈਲ ਕਾਸਟੂਲ ਬੋਟਲ ਲੇਵਰ ਡਰਿਸ਼ ਇਹ ਘਰ ਦੇ ਸਮਾਨ ਜਾਣੀ ਕਿ ਨਾ
ਔਰਤਾਂ ਦੇ ਲਈ ਘਰ ਦਾ ਸਮਾਨ। ਹਜ਼ਰਾ ਡਰੈਸ ਅੱਛੀ ਚੀਜ਼ ਹੈ। ਹਾਂ ਡਰੈਸ ਅਫਗਾਨਿਸਤਾਨ ਸਿਲਕ ਦੀ ਹੈ ਨਾ, ਸਿਲਕ ਸਿਲਕ। ਚਲ ਪੁਰਾਣੇ ਬਰਤਨ ਇਹ ਵੀ ਸਾਰੇ ਇਹੀ ਹੈਗੇ ਨਾ। ਘਰ ਦੇ ਸਮਾਨ ਹੈਗੇ ਨੇ। ਬਹੁਤ ਵੱਡੇ ਡਿਸ਼ ਹੁੰਦੇ ਸੀ ਉਸ ਟਾਈਮ 'ਚ ਨਾ। ਇਹ ਜਿੰਨੇ ਵੀ ਸਾਰੇ ਮੁਗਲ ਬਾਦਸ਼ਾਹ ਹੋਏ ਨੇ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਕੁਛ ਵੀ, ਉਹਨਾਂ ਦੇ ਵਰਤੋਂ ਦੀਆਂ ਆਈਟਮਾਂ। ਉਹ ਸਾਰੇ ਪਿੱਤਲ ਨਾ ਬਹੁਤ ਮਹਿੰਗੇ ਆ ਬੰਦੇ ਕੋਲ। ਗੋਲਡ ਉੱਨੀ ਸੌ 64 ਵੇਲੇ ਦਾ ਨਾ ਸਾਰਾ। ਹਾਂ ਓਕੇ, ਇੰਨੇ ਰੁਪਈਆਂ ਦਾ ਨਾ।
ਇੱਧਰ ਇੱਧਰ ਤਾਂ ਆਏ ਨਾ ਬੁੱਧ ਆ ਗਿਆ ਨਾ ਬੁੱਧ ਧਰਮ那个时候。